ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਕੁਛ ਕੁ ਸਵੇਰੇ ਵੀਡੀਓ ਬਣਾਈ ਹੈ ਤੇ ਕੁਛ ਕੁ ਹੁਣ ਬਣਾਉਣ ਲੱਗੇ ਹੈ ਪਹਿਲਾਂ ਤਾਂ ਨਿੰਮੇ ਕਹਿੰਦੀ ਪਾਰਟੀ ਹੋ ਗਈ ਮੇਰੇ ਕਹਿੰਦੀ ਕਹਿੰਦੀ ਬਈਏ ਤੁਹਾਡੀ ਮੋਟਰ ਪਰ ਆਏ ਪਾਰਟੀ ਮੈਨੂੰ ਦੱਸਦਾ ਦੇ ਲੈ ਵੀ ਰੋਟੀ ਇਹਦੇ ਕਿੰਨੀ ਹੋਈ ਆ ਪਾਰਟੀ ਬਾਈ ਤਾਂ ਹੋ ਗਈ ਨਿੰਮੇ ਦੇ ਵੀ ਤਾਂ ਲੱਗ ਜਾਣ ਵਿੱਚ ਹੁਣ ਅੱਛਾ ਹੋ ਗਈ ਨਾ ਹਾਂ ਇਹ ਤਾਂ ਹੈ ਕਾਦੀ ਹੋਈ ਆ ਬਈਆਂ ਦੀ ਨਾ ਖਲਾਉਂਗਾ ਕਿਆ ਲੈ ਹੁਣ ਦੱਸ ਤੇ ਖਲਾਉਣਾ ਤਾਂ ਤੈਂ ਆ ਵੀ ਲੈ ਬਾਈ ਦੇਖ ਪਾਰਟੀ ਵੀ ਮੇਰੇ ਕਹਿੰਦੀ ਹਾਂ ਬਾਈ ਸਵੇਰੇ ਨਹਾਤੇ ਨਹੀਂ ਤੇ ਹੁਣ ਥੋੜੇ ਨਹਾ ਲੈ ਪਾਲ ਥੋੜੇ ਬੜੇ ਹੋ ਗਏ ਬਾਈ ਕਟਾ ਕੇ ਆਉਣਾ ਹਾਂ ਪਹਿਲਾਂ ਤਾਂ ਲੱਗਣੇ ਆਮਨੇ ਆਮਨੇ ਪਾਰਟੀ ਸਾਡੇ ਪਤਾ ਨਹੀਂ ਲੱਗਣੇ ਬਾਈ ਨਹੀਂ ਬੜੇ ਕਿੰਨੇ ਕ ਬੰਦੇ ਪਾਰਟੀਆਂ ਹਲੇ ਕਿਨੇ ਕਿਨੇ ਲੋਕ ਚਲੋ ਬਾਈ ਆਏ ਆ ਇਹ ਜਿਹੜੇ ਤਾਂ ਨਾ ਵੀ ਲੇਬਰੇ ਲਾ ਸਕਦੀ ਆ ਆਪ ਤੇ ਨਹੀਂ ਕੰਮ ਹੁੰਦਾ ਲੱਗਦੇ ਨਹੀਂ ਨਾ ਬਾਈ ਆਪ ਤੇ ਨਹੀਂ ਲੱਗਦੇ ਮਿਹਨਤ ਬਹੁਤ ਹੁੰਦੀ ਵੀਰੇ ਆਪ ਨਹੀਂ ਲੱਗਦੇ ਹੈਗੇ ਜੀ ਨਾ ਲੱਗ ਤਾਂ ਜਾਂਦੇ ਆ ਤਾਂ ਬੰਦੇ ਨੇ ਭੈਣੀ ਤੇ ਮੁੰਡੇ ਨੇ ਦੋ ਨਾ ਹੀ ਲਾ ਦਿੱਤੇ ਹਿੰਮਤ ਹੋਣੀ ਚਾਹੀਦੀ ਪਰ ਆਪਣੇ ਵਿੱਚ ਹਿੰਮਤ ਚਾਹੀਦੀ ਵੀ ਮੈਂ ਲਾਉਣੇ ਆ ਇਹ ਥੋੜੀ ਆ ਵੀ ਚਾਰ ਬੂਟੇ ਲਾਦੇ ਆਪਣਾ ਪੈ ਗਏ ਅੱਗੇ ਬੈਠ ਕੇ ਮੇਰੀ ਢੂਈ ਦੋੜ ਲੱਗ ਗਈ ਤੇ ਜੱਟ ਕਿਵੇਂ ਠੀਕ ਹੈ ਨਾ ਮਾਰਦਾ ਵੜਕਾ ਤੇ ਕਹਿੰਦਾ ਇੰਜਣ ਹੋ ਗਏ ਤਾਂ ਨਾ ਮੇਰਾ ਤੇਰਾ ਹੋਇਆ ਦਾ ਇੰਜਣ ਆਪਣਾ ਨਹੀਂ ਦੱਸਦਾ ਰੋਟੀ ਬਾਈ ਇਹ ਬੰਦੇ ਨਾ ਇੰਜਣ ਹੋ ਗਿਆ ਦਾ ਤਾਰ ਹੋ ਗਈ ਤੇ ਭੈਣ ਬਰਗਰ ਖਾ ਕੇ ਬੌਲੀ ਤੇ ਉੱਪਰ ਦੇ ਨੱਠ ਲਿਆ ਤੇ ਮੇਰੇ ਕਹਿੰਦਾ ਮੇਰਾ ਅੰਦਰ ਅੰਦਰ ਹਿੱਲ ਗਿਆ ਕਹਿੰਦਾ ਨਹੀਂ ਤੇਰਾ ਵੀ ਹਿੱਲ ਗਿਆ ਲੋਟ ਕਰਾ ਕੇ ਲਿਆਉਂਦਾ ਇਹ ਤੇ ਭੱਜਦਾ ਫਿਰ ਇੱਧਰ ਨੂੰ ਜਾਣਾ ਉੱਧਰ ਨੂੰ ਠੀਕ ਹੋਵਾਂ ਤੇ ਤਾਂ ਹੁਣ ਦੇ ਨਾ ਗੱਲਾਂ ਮਾਰਦਾ ਬਾਈ ਗੱਲ ਆਏ ਆ ਜਿੱਦਣ ਬਿਮਾਰੀ ਹੁੰਦੀ ਉਦੋਂ ਹੀ ਜਾਂਦਾ ਰਹਿੰਦੀ ਉਦੋਂ ਹੀ ਜਾਂਦਾ ਨੇ ਮੇਰੇ ਜਾਣਾ ਉਦੋਂ ਉਦੋਂ ਹੀ ਦਾ ਇੰਜਣ ਹੋ ਗਿਆ ਨਵੇਂ ਕੇਕੜਾ ਬਾਜ ਨਿਕਲਦੀ ਦੀ ਬਾਈ ਛੇਤੀ ਆ ਜਾ ਯਾਰ ਲੈ ਕੇ ਬੰਦੇ ਘਰ ਘਟਾ ਕੇ ਆਉਣੀ ਆ ਆਏ ਕਰੇ ਕਰੇ ਕਿੰਨੇ ਫੋਨ ਕਰੇ 50 ਫੋਨ ਇੱਕ ਦਿਹਾੜੀ ਚ ਹਟਦਾ ਹੀ ਨਹੀਂ ਤਾਂ ਇਹ ਰੋਡੀ ਲੈ ਇਹ ਤਾਂ ਜਦੇ ਘੜੀ ਕ ਬਾਅਦ ਫੋਨ ਘੜੀ ਕ ਬਾਅਦ ਫੋਨ ਤੇ ਬਾਈ ਕੱਖ ਵੀ ਵੱਢ ਕੇ ਲਾਏ ਤੇ ਭਈ ਵਾਲਾ ਸੀਨ ਵੀ ਹੁਣ ਤੁਸੀਂ ਵੀਡੀਓ ਦੇ ਵਿੱਚ ਦੇਖੋ ਤੇ ਹੁਣ ਵੀਡੀਓ ਕਰਦੇ ਆਪਾਂ ਸ਼ੁਰੂ ਠੀਕ ਆ ਲੋ ਬਾਈ ਕਈ ਦਿਨ ਬਾਅਦ ਹੁਣ ਰੋਡੀ ਮਿਲਿਆ ਤੇ ਮਿਲੋ ਉਧਰ ਰੋਡੀ ਨੂੰ ਕਿਵੇਂ ਆ ਬਾਈ ਵਧੀਆ ਵੀਰੇ ਤੇ ਪਹਿਲਾਂ ਹੋਰ ਬੰਦੇ ਨੂੰ ਮਿਲਿਆ ਹੁਣ ਰੋਡੀ ਪ੍ਰਧਾਨ ਮਿਲਿਆ ਤੇ ਇੱਕ ਕੱਖ ਵੱਢਣੇ ਤੇ ਫਿਰ ਮੈਂ ਕਿਹਾ ਰੋਡੀ ਚੱਲ ਵੀ ਪੱਖੇ ਵੱਢ ਲਿਆਉਂਦੇ ਆ ਮੋਟਰਸਾਈਕਲ ਪਰ ਵੱਢਣ ਆਏ ਫਿਰ ਅਸੀਂ ਕਿਉਂਕਿ ਜੇ ਇਕੱਲਾ ਬੰਦਾ ਆਉਂਦਾ ਫਿਰ ਪਿੱਛੇ ਭਰੀ ਗਿਰ ਜਾਂਦੀ ਹੈ ਸਹੀ ਗੱਲ ਤੇ ਅੱਜ ਰੋਡੀ ਨੂੰ ਵੀ ਛੁੱਟੀ ਹੋ ਗਈ ਕਾਹਤੇ ਹੋ ਗਈ ਬਈ ਛੁੱਟੀ ਤਾਂ ਹੋ ਗਈ ਮੀਂਹ ਪੈ ਗਿਆ ਖੇਤਾਂ ਦਾ ਪਾਣੀ ਖੜ ਗਿਆ ਵੀ ਚੱਲ ਮੈਂ ਕਿਹਾ ਵੀ ਦਿਲ ਕਰਨਾ ਵੀ ਗਿਆ ਵੀ ਕਿਆ ਕਰਨਾ ਚੱਲ ਮੈਂ ਘਰਾਂ ਜਿਮੀਦਾਰ ਚੱਲ ਅਮਨੇ ਕਰ ਘੁੰਮੇ ਪੰਡ ਵੱਢਣੀ ਬਸ ਇੱਕ ਬਹਾਨਾ ਹੁੰਦਾ ਨਾਲੇ ਖੇਤ 'ਚ ਘੁੰਮ ਜੀਦਾ ਬਾਈ ਨਾਲੇ ਕੱਖ ਪੈ ਬਾਤ ਹੋ ਜਾਂਦਾ ਕਿ ਨਹੀਂ ਤੇ ਬੂਟਿਆਂ 'ਚ ਬਾਈ ਜਿਹੜਾ ਬਾਜਰਾ ਬੀਜਿਆ ਪਿਆ ਤਾਂ ਜਿਹਨੇ ਵੱਢਣਾ ਹੈ ਹਲੇ ਥੋੜ੍ਹਾ ਜਿਹਾ ਇਹ ਰਹਿੰਦਾ ਹੈ ਜਿੱਦਣ ਇਹ ਮੁੱਕ ਗਿਆ ਉੱਤੇ ਬਾਰਵਾਂ ਦੂਆ ਬੀਜਿਆ ਪਿਆ ਬਾਈ ਜਿਹੜਾ 750 ਰੁਪਏ ਕਿਲੋ ਵਾਲਾ ਹੈ ਉਹ ਵੀ ਤਕਰੀਬਨ 1.5 ਫੁੱਟ ਦਾ ਹੋ ਗਿਆ ਜਿੰਨੇ ਨੂੰ ਉਹਦਾ ਨੰਬਰ ਆਉਣਾ ਫਿਰ ਬੜਾ ਹੋਣਾ ਰੋਡੀਆ ਚੂੰ ਚੂੰ ਦੀ ਬਾਜੀ ਕਾਹਦੀ ਆਉਂਦੀ ਇੱਕ ਬਿੰਡੇ ਆ ਬਿੰਡੇ ਯਾਰ ਮੇਰੇ ਲੱਗਦਾ ਬੂਟਿਆਂ ਉੱਤੇ ਆਵਾਜ਼ ਆਉਂਦੀ ਬਾਈ ਬਿੰਡੇ ਬੋਲਦੇ ਵਿੱਚ ਦੇਖੋ ਛੂੰ ਛੂੰ ਦੀ ਆਵਾਜ਼ ਆ ਰਹੀ ਹਾਂ ਬਰੀ ਬਰੀ ਹਾਂ ਛੂੰ ਛੂੰ ਬਿੰਡੇ ਲੱਗੇ ਹੋਏ ਕੰਮ ਕਰਦੇ ਨੇ ਆਹੀ ਦੇ ਨਾਲ ਆਹੀ ਦੇ ਨਾਲ ਬੋਲਦੇ ਸ਼ਾਇਦ ਬਾਈ ਇਹ ਥੱਲੇ ਹੁੰਦੇ ਅੱਜ ਮੀਂਹ ਕਾਰਨ ਉੱਪਰ ਚੱਲੇ ਗਏ ਵੀ ਤਾਂ ਨਾ ਹੋਵੇ ਹਾਂ ਤਾਂ ਵੀ ਹੋ ਸਕਦਾ ਹੈ ਨਾ ਤੇ ਆਹ ਰੇ ਪਾਸਰਾ ਬਾਈ ਵੀਰ ਨੇ ਇਹਦੇ ਵਿੱਚ ਦੇਸੀ ਰੇ ਵੱਡੀ ਫਿਰ ਸਾਡਾ ਖੜਾ ਘੋੜਾ ਬਾਈ ਇਹ ਇੰਨਾ ਮੀਂਹ ਦਾ ਕਿਤੇ ਕਿਤੇ ਜਿੱਥੇ ਟੋਏ ਆ ਉੱਥੇ ਉੱਥੇ ਪਾਣੀ ਖੜ ਗਿਆ ਬਾਈ ਜੀ ਚੱਲ ਫਿਰ ਰੋਟੀ ਮਿਲ ਜਾਂਦੀ ਕਿੱਥੇ ਰੋਟੀ ਖਾਣ ਲਈ ਆ ਰੋਟੀ ਹੋ ਗਈ ਬਾਈ ਸਾਡੀ ਯਾਰ ਇੱਕ ਉਹ ਥੱਲੇ ਤਾਂ ਨਹੀਂ ਹੈਗੀ ਆਉਣ ਲੈ ਗਿਆ ਆ ਵੱਡਿਆ ਬੂਝਿਆ ਯਾਰ ਇੱਕ ਮੈਂ ਚਲੋ ਠੀਕ ਆ ਬਾਈ ਮੜੇ ਇਹਨੇ ਦਾਤੀ ਲੱਭਦੇ ਆ ਤੇ ਫਿਰ ਕੱਖ ਵੜ ਦਿੰਦਾ ਵੀ ਛੋੜ ਲਾਉਂਦੇ ਮੜੀ ਦਾਤੀ ਰੱਖ ਕੇ ਭੁੱਲ ਗਏ ਕਿਤੇ ਦਾਤੀ ਹੈ ਕਿਤੇ ਦੇ ਲੈ ਮਿਲ ਗਈ ਆ ਦੇਖੋ ਬਾਈ ਦੋ ਜਾਣੇ ਆ ਦੋਹਾਂ ਨੇ ਰੇਲ ਬਣਾ ਲੈਣੀ ਰੇਲ ਕੱਖਾਂ ਦੀ ਬਸ 5 ਮਿੰਟ 'ਚ ਵੰਡ ਵੜ ਦੇਣੀ ਤੇ ਬੈਕ ਕੈਮਰਾ ਲਾਉਂਦਾ ਤੁਹਾਨੂੰ ਦਿਖਾਉਂਦੇ ਮੜੀ ਚੱਲ ਲੋ ਬਾਈ ਰੋਡੀ ਲੱਗ ਗਿਆ ਹੁਣ ਇੱਧਰ ਵੱਢਣ ਤੇ ਫਿਰ ਜੇ ਦੋ ਜਾਣੇ ਵੱਢੂਗੇ ਅਸੀਂ ਫਿਰ ਕੈਮਰੇ ਕੇ ਸ਼ਾਟ ਲੈਣੀ ਹੋਣਾ ਬਸ ਥੋੜ੍ਹਾ ਜਿਹਾ ਰੋਡੀ ਦਾ ਸ਼ਾਟ ਲੈ ਕੇ ਫਿਰ ਮੈਂ ਨਾਲ ਵੜਾ ਲੈਣੇ ਰੋਡੀ ਬੁਕੇ ਵੱਢਣਾ ਨਹੀਂ ਮੈਂ ਜਾਈਏ ਇਹ ਉੱਚਾ ਨਾ ਵੱਢ ਇਹਨਾਂ ਤੇ ਦੁਬਾਰਾ ਨਹੀਂ ਹੋਣਾ ਬਹੁਤ ਨਹੀਂ ਮੈਂ ਵੱਢ ਇਹਦਾ ਤਾਂ ਗਲਤ ਵੱਢਦਾ ਜਮਾਂ ਹੀ ਬਹੁਤ ਠੀਕ ਆ ਜਮ ਵੱਢਿਆ ਨਹੀਂ ਇਹ ਬਹੁਤ ਟਾਈਮ ਬਾਅਦ ਵੱਢਿਆ ਬਈ ਇਹਨੇ ਨਹੀਂ ਮੈਂ ਵੱਢ ਤੇ ਕੰਮ ਖਰਾਬ ਹੋ ਜਾਣਾ ਫਿਰ ਅਗਲੀ ਵਾਰ ਇਹਨੇ ਇੱਥੇ ਤੇ ਹੋਣਾ ਵੱਢਣਾ ਪੈਣਾ ਬਸ ਠੀਕ ਆ ਇੱਥੇ ਵੱਢਦੇ ਚਲੋ ਬਾਈ ਠੀਕ ਆ ਹੁਣ ਅਸੀਂ ਵੱਢਦੇ ਪੰਡ ਤੇ ਉਹ ਆ ਗਿਆ ਜੀ ਅਮਨ ਆ ਜੀ ਹੁਣ ਕੱਖ ਦੇ ਵੱਢਦੇ ਅਸੀਂ ਚੱਲੀਏ ਘਰ ਨੂੰ ਹੁਣ ਜੀ ਉਹ ਦੇਖੋ ਕੀ ਕਰਦਾ ਇਹ ਲੱਖਾਂ ਆ ਗਿਆ ਜੀ ਅਮਨ ਆ ਜੀ ਚੰਗਾ ਜੀ ਹਾਂ ਜੀ ਹੁਣ ਚਲੋ ਜੀ ਆਪਾਂ ਚੱਲੀਏ ਘਰ ਨੂੰ ਕੱਖ ਲੋੜ ਜਾ ਕੇ ਬਹਿ ਜਾ ਕਿੱਥੇ
ਹੁਣ ਕੱਖ ਉੱਥੋਂ ਵੱਢ ਲਏ ਅਸੀਂ ਜੀ ਹੁਣ ਚੱਲੀਏ ਘਰ ਨੂੰ ਚੰਗਾ ਜੀ ਬਾਏ ਜੀ ਓਕੇ ਜੀ ਬਾਈ ਇੱਧਰ ਮੋਟਰ ਤੇ ਆਏ ਹੁਣ ਪਿੰਡ ਵਾਲੀ ਤੇ ਬੋਤਲ ਨਹੀਂ ਬਾਈ ਚੱਕਣੀ ਹੈਗੀ ਕੀ ਕਰਨੀ ਹੈ ਪਾਣੀ ਵਾਸਤੇ ਲੈ ਕੇ ਜਾਣੀ ਹੈ ਚੱਲ ਗਿਆ ਤੇ ਬਾਈ ਇੱਧਰ ਬੰਦੇ ਆਏ ਹੈ ਕਹਾਂ ਸੇ ਆਏ ਵੀਰ ਨੇਪਾਲ ਨੇਪਾਲ ਸੇ ਧਾਨ ਲਾਣੇ ਕੇ ਲਈ ਜੀਰੀ ਕਿੰਨਾ ਬੰਦਾ ਬਾਈ 15 ਬੰਦਾ ਹੈ ਤੇ 15 ਬੰਦੇ ਬਾਈ ਇਹ ਇਸ ਟਾਈਮ ਤਾਂ ਬੈਠੇ ਸਾਡੇ ਵਾਲੀ ਮੋਟਰ ਤੇ ਰਹਿਣਾ ਇਹਨਾਂ ਨੇ ਉਹ ਮਲਕੀ ਸੀ ਬਾਈ ਇਹਨਾਂ ਦੀ ਮੋਟਰ ਤੇ ਆ ਜਿਹੜੀ ਨੇਤਰ ਬਾਈ ਦੇ ਨਾਲ ਆ ਕਿਉਂਕਿ ਫਿਰ ਉਹ ਨਾਲ ਘਰ ਨਾ ਉੱਥੇ ਉਹਨਾਂ ਨੇ ਬਿਜਲੀ ਦੇ ਦੇਣੀ ਬਿਜਲੀ ਤਾਰ ਲਾ ਦਿੰਦੇ ਉਹ 24 ਘੰਟੇ ਵਾਲੀ ਠੀਕ ਹੈ ਤੇ ਹੁਣ ਵਿਹਲੇ 3-4 ਦਿਨ ਇਸ ਹਾਂ 10 ਤਰੀਕ ਤੱਕ ਵਿਹਲੇ ਹੈ ਐਸ਼ ਕਰੇਂਗੇ ਹਾਂ ਰੋਟੀ ਨਹੀਂ ਖਾਣੀ ਹੈਗੀ ਜੇ ਮਾੜਾ ਮੋਟਾ ਕੰਮ ਮਿਲੂਗਾ ਕਰੂੰਗਾ ਜੀ ਕਿ ਨਹੀਂ ਹਾਂ ਵੀ ਮੀਂਹ ਪਿਆ ਪਿਆ ਕੰਮ ਹੈ ਨਹੀਂ ਤੇ ਬਾਈ ਜਿਹੜੇ ਸਾਡੇ ਬੰਦੇ ਨਾ ਉਹ ਗਏ ਪਏ ਦਿੱਲੀ ਨੂੰ ਜਿਹੜੇ ਉਹਦੇ ਰੇਹੜੀ ਪਵੈਂਦੇ ਤੇ ਹੁਣ ਇਹ 2-4 ਦਿਨ ਇੱਥੇ ਐਸ਼ ਕਰੂੰਗੇ ਮੌਜ ਕਰੂੰਗੇ ਬੇਟੇ ਮੌਜ ਕਰਦੀ ਠੀਕ ਨਹੀਂ ਠੀਕ ਆ ਬਾਈ ਆ ਗਿਆ ਬਸ 10 ਦਿਨ ਤੱਕ ਅਸੀਂ ਵੀ ਬੱਟਾ ਪਾਉਣੀ ਯਾਰ ਸਾਡਾ ਬੰਦਾ ਦਿੱਲੀ ਨੂੰ ਗਿਆ ਪਿਆ ਠੀਕ ਆ ਵੀਰ ਭੇਜਦੀ ਹੈ ਵੀਡੀਓ ਨੇਪਾਲ ਭੇਜਦੀ ਹੈ ਨੇਪਾਲ ਆਪਕੀ ਵੀਡੀਓ ਬਸ ਠੀਕ ਹੈ ਨੇਪਾਲ ਜਾਏਗੀ ਦੇਖਿਓ ਉਹ ਨਿੰਮ ਜੱਟ ਟਿਕਟੋਕ ਚਲਾਈ ਹੈ ਟਿਕਟੋਕ ਬਾਈ ਅਸੀਂ ਚਲਾਈ ਹੈ ਥਾਈਲੈਂਡ ਥਾਈਲੈਂਡ ਜਾਂ 2 ਕੁ ਵੀਡੀਓ ਪਾਏ ਕਰਦੇ ਜਦ ਦੇ ਟਾਈਮ 'ਚ ਹੈਗੀ ਸੀ ਹੁਣ ਤਾਂ ਬੰਦ ਹੋ ਗਈ ਕਿੰਨੀਆਂ ਰੌਣਕਾਂ ਲੱਗਦੀਆਂ ਦੀਆਂ ਭਾਬੀ ਰਣਜੀਤ ਕੌਰ ਵੀ ਆਏ ਕਰਦੀ ਸੀ ਜਾਣਦੇ ਬਾਈ ਚੱਲ ਐਂ ਕਰ ਦੱਸ ਵੇ ਕਿਆ ਕਰਦੀ ਤੀ ਐਕਸ਼ਨ ਦੱਸ ਭਾਬੀ ਦੇ ਪਛਾਣ ਕੇ ਬਾਈ ਬਹੁਤ ਰੌਣਕਾਂ ਲੱਗੀਆਂ ਉਹਦੇ ਪਰ ਵੀ ਨਕਲੀ ਕਟਾਈ ਹੁੰਦੀ ਬਾਈ ਇੱਕ ਹੋਰ ਗੱਲ ਹੈ ਤਿੰਨੇ ਛੜੇ ਮਲੰਗ ਹੈ ਆਪਣੀ ਜ਼ਿੰਦਗੀ ਦੇ ਨਜ਼ਾਰੇ ਲੈਂਦੇ ਆ ਕਿਸੇ ਦੀ ਟੈਨਸ਼ਨ ਨਹੀਂ ਲੈਂਦੇ ਹੱਸਦੇ ਵੱਸਦੇ ਰੇ ਕਰੋ ਅੱਧਾ ਖੂਨ ਵੱਜ ਜਾਂਦਾ ਹੈ ਜੇ ਉਹੀ ਕੁੜਕ ਕੁੜਕ ਕਰੀਏ ਅੱਧਾ ਖੂਨ ਕਰ ਜਾਣਾ ਬਿਮਾਰੀਆਂ ਤਾਂ ਇੰਨੀਆਂ ਚੱਲੀਆਂ ਮਰ ਤਾਂ ਜਾਣਾ ਇੱਕ ਦਿਨ ਬਿਮਾਰੀ ਨਹੀਂ ਲੱਗਦੀ ਜਿੰਨਾ ਖੁਸ਼ ਰਹੋਗੇ ਬਿਮਾਰੀ ਨਹੀਂ ਲੱਗਦੀ ਜਿਹੜਾ ਬੰਦਾ ਨਾ ਟੈਨਸ਼ਨ ਕਰਦਾ ਬਿਮਾਰੀਆਂ ਜ਼ਿਆਦਾ ਪੈਂਦੀਆਂ ਹੁਣ ਕਈ ਹੁੰਦੇ ਮਸਤ ਮਲੰਗ ਜਿਹੜਾ ਵੀ ਲੰਘਿਆ ਜਾਂਦਾ ਉਹਨਾਂ ਮੂਹਰੇ ਹੱਸ ਕੇ ਲੰਘ ਜਾਂਦੇ ਅਗਲਾ ਜੋ ਮਰਜ਼ੀ ਸੋਚੀ ਜਾਵੇ ਉਹ ਫਿਰ ਆਪ ਨਾ ਜਰੋ ਯਾਰ ਕੋਈ ਜਰਦਾ ਜਰੀ ਜਾਵੇ ਆਪਾਂ ਨਾ ਜਰੋ ਬੰਦਾ ਖਾਂਦਾ ਜਾਨਵਰ ਵੀ ਖਾਂਦੇ ਆ ਕੁਛ ਹਰੇਕ ਕੋਈ ਖਾਂਦਾ ਹੀ ਆ ਇੱਕ ਦੋ ਖਾਂਦਾ ਹੀ ਕਹਿੰਦਾ ਮੁਰਗਾ ਇਹ ਤਾਂ ਦੇੜ ਦਾ ਪੂਰਾ ਲੈ ਤੂੰ ਦੇਖੀ ਜਾਂਦਾ ਬਣਾਉਂਦੇ ਉਹਨੇ ਨਾ ਜਿਹੜੀ ਖਟਿਆਈ ਜੀ ਹੁੰਦੀ ਉਹ ਵੀ ਚੱਟ ਜਾਂਦਾ ਇਹ ਦੇਗਾ ਦੂਗਾ ਚੱਟ ਫਿਰ ਬਾਈ ਮੈਂ ਨੀ ਕੁਛ ਵੀ ਚੱਟਣਾ ਨਾ ਮੈਨੂੰ ਲੋੜ ਹੈ ਕੱਲੇ ਠੀਕ ਆ ਵਿਆਹ ਕਰਾਉਣਾ ਹਾਂ ਕੱਲੇ ਠੀਕ ਆ ਕੱਲੇ ਹੀ ਠੀਕ ਆ ਕੱਲਾ ਚੰਗਾ ਤਾਂ ਉਹ ਨਾ ਛੜਾ ਤਾਂ ਉਹ ਨਾ ਜੜਾ ਹਾਂ ਮੇਰੇ ਲਈ ਖਾਣਾ ਕਰਦਾ ਛੜਾ ਛੜਾ ਹੈ
ठीक है भाई, ये शाम टाइम बस टोबे दे लाग मड़ी जा बैठे रहे, चार गल्ला मार लिया नहीं भी आए हैं भी अपने बंदे नूं मिलके जिहड़ी खुशी मिलदी है बस फिर ਬੇਲੇ ਵੱਡੀ ਕੋਈ ਖੁਸ਼ੀ ਨਹੀਂ ਹੈਗੀ ਕਿ ਨਹੀਂ ਕੰਮ ਕਰਕੇ ਬੇਲੇ ਆਪਣਾ ਟਾਈਮ ਫਿਰ ਕੰਮ ਕਰੋ ਪਤਾ ਕਿ ਆਏ ਆਪਣੇ ਟਾਈਮ ਨਾਲ ਕੰਮ ਕਰ ਲੋ ਹਾਂ ਉਹਦੇ ਬਾਅਦ ਬੇਲੇ ਹੀ ਆ ਤੇ ਜੋ ਮਰਜ਼ੀ ਹਾਂ ਤੇ ਜਿਹੜਾ ਰੋਡੀ ਦਾ ਬਾਈ ਅੱਜ ਇਹ ਕਿਤੇ ਕੰਮ ਪਰ ਜਾਂਦਾ ਜਿੱਥੇ ਗਿਆ ਨਹੀਂ ਹੈਗਾ ਇਹ ਕਹਿੰਦਾ ਵੀ ਮੇਰਾ ਘਰ ਵੀ ਜੀ ਨਹੀਂ ਲੱਗਣਾ ਹੈਗਾ ਇਹ ਤਾਂ ਕਰਕੇ ਅੱਜ ਸਾਡੇ ਕੋਲ ਆ ਗਿਆ ਕਿ ਨਹੀਂ ਜਣੀ ਬੇਲਾ ਨਹੀਂ ਰਹਿੰਦਾ ਇਹ ਬੈਠੇ ਠੀਕ ਆ ਕੰਮ ਕਾਰ ਕਰਨਾ ਚੰਗਾ ਏ ਨਹੀਂ ਮੈਂ ਬਾਈ ਐ ਦੱਸ ਲੋਕ ਕਹੀ ਜਾਂਦੇ ਵੀ ਆਉਣਾ ਬੇਲਾ ਉਹ ਬੇਲਾ ਤਾਂ ਬਾਈ ਕੋਈ ਵੀ ਨਹੀਂ ਵੀਡੀਓ ਚ ਆਇਓ ਲੱਗੀ ਜਾਂਦਾ ਹਰੇਕ ਨੂੰ ਬੇਲੇ ਫਿਰਦੇ ਆ ਇਹ कख पा के गोहा भर के नहा धो के आए घूम जे नहा के अपनी जिंदगी का नजारा ना लिया फिर नहीं चार पैसे कमाए इथी ला जाओ नहीं मैं छाती पर रख के जाने भाई बाबा सुख रखे लड़े ना करो किसी का जिन्ने भी यूट्यूबर सारे प्यार के रहो अपना खून कानू भाई अपना खून ना करो कुछ नहीं बिगड़ता जेडे गलत बोलते हैं साडा कुछ नहीं बिगड़ता सारे अपना अपना काम करो यार सब दे चलने है मेहनत करो ना ना ਅਸੀਂ ਫੇਰ ਵੀ ਖੁਸ਼ ਹਾਂ ਤੁਸੀਂ ਮਾੜਾ ਬੋਲਦੇ ਅਸੀਂ ਫੇਰ ਵੀ ਖੁਸ਼ ਹਾਂ ਪਰ ਤੁਸੀਂ ਆਪਣਾ ਖੂਨ ਨਾ ਫੁੱਕੇ ਕਰੋ ਕੀ ਫਾਇਦਾ ਸਾਰੇ ਭਾਈ ਸਾਰੇ ਜਾਣੇ ਮਿਹਨਤ ਕਰੋ ਆਪਣਾ ਆਪਣਾ ਚਲਾਓ ਅਸੀਂ ਨਹੀਂ ਕਿਸੇ ਨੂੰ ਕਹਿੰਦੇ ਯਾਰ ਕੁਝ ਕਿ ਨਹੀਂ ਲਾਹੌਰ ਬਾਈ ਬੰਦੇ ਦਾ ਨਹੀਂ ਭੋਰਾ ਵੀ ਪਤਾ ਵੀ ਕੜੂਕਾ ਏ ਘੜੀ ਦਾ ਕੜੂਕਾ ਏ ਘੜੀ ਦਾ ਕੜੂਕਾ ਪਤਾ ਕਿਆ ਗੱਲ ਹੈ ਬਾਈ ਕਿਸੇ ਬੰਦੇ ਨੇ ਕੋਈ ਚੀਜ਼ ਪਾਉਣੀ ਕਿਸੇ ਨੇ ਕੋਈ ਚੀਜ਼ ਸਾਰੇ ਬੰਦੇ ਆਪਣਾ ਆਪਣਾ ਕਰਨਾ ਏ ਆਪਣੀ ਉਹ ਪਾਉਣੀ ਕਿਸੇ ਦੇ ਕਿਸੇ ਤੇ ਨਹੀਂ ਕਿਸੇ ਨੂੰ ਕਰਨਾ ਕਿ ਨਹੀਂ ਮੈਂ ਆਪਣੇ ਹੱਕ ਦੇ ਉਹ ਮੈਂ ਨਿੰਮੇ ਨੂੰ ਕਹੀ ਜਾਵਾਂ ਨਿੰਮੇ ਤੂੰ ਉਹਦੇ ਕੇ ਵਿਆਹ ਕਰਾ ਲਾ ਉਹਦੇ ਕੇ ਕਰਾ ਲਾ ਜੇ ਇਹਦਾ ਅੰਦਰੇ ਨਹੀਂ ਕਹੂੰਗਾ ਵਿਆਹ ਕਿਵੇਂ ਕਰਾ ਲੂਗਾ ਕਿ ਨਹੀਂ ਉਹ ਕੀ ਤਾਂ ਗੱਲ ਆ ਅਸੀਂ ਜਾ ਹੁਣ ਬਾਈ ਜਿੱਥੇ ਮਰਜ਼ੀ ਪਾਈਏ ਚਲੋ ਜੇ ਪਾਉਂਦੇ ਜੇ ਕਿਸੇ ਨੂੰ ਚੰਗੀ ਲੱਗਦੀ ਬਾਈ ਦੇਖ ਲਓ ਠੀਕ ਨਹੀਂ ਯਾਰ ਹੁਣ ਜਿਹਨੂੰ ਨਹੀਂ ਚੰਗੀ ਲੱਗਦੀ ਬਾਈ ਇੱਕ ਵਾਰ ਦੇਖ ਲਓ ਦੋ ਵਾਰ ਦੇਖ ਲਓ ਵੀਡੀਓ ਤੇ ਹੇਠਾਂ ਲਿਖਿਆ ਹੁੰਦਾ ਏ ਨੋਟ ਇੰਟਰਸਟ ਉੱਥੇ ਕਰ ਦਿਓ ਕਿ ਤੁਹਾਡੇ ਕੋਲ ਮੁੜ ਕੇ ਆਉਣੀ ਹੋਣੀ ਨਾ ਦੇਖੋ ਯਾਰ ਕਿ ਨਹੀਂ ਹਾਂ ਦੇਖੋ ਉਹ ਜਲਣੇ ਦਾ ਕੋਈ ਫਾਇਦਾ ਨਹੀਂ ਜਲ ਲੱਗ ਜਾਂਦੇ ਉਹ ਜਲੇ ਦਾ ਫਾਇਦਾ ਕੋਈ ਨਹੀਂ ਵੀਰੇ ਖੁਸ਼ ਰਹੋ ਰੱਬ ਵੀ ਤੁਹਾਨੂੰ ਨਾ ਜ਼ਿਆਦਾ ਦਿੰਦਾ ਲਾਹੌਰ ਕਿ ਨਹੀਂ ਚਲੋ ਫਿਰ ਕਰ ਦਈਏ ਬਾਈ ਬਾਏ ਬਾਏ ਠੀਕ ਹੈ ਬਾਈ ਵਸਦੇ ਵਸਦੇ ਰਹੋ ਸਲੂਟ ਆ ਸਾਰਿਆਂ ਨੂੰ ਮਾਰ ਦੇ ਅੱਠ ਸਲੂਟ ਸਲੂਟ ਹਾਂ ਓਕੇ ਬਾਈ ਟਾਟਾ।